ਵੱਡਾ ਇਹੋ ਹੀ ਹਾਂ ਵੱਡਾ ਇਹੋ ਕੰਮ ਹੈ ਮਰ ਗਿਆ ਉਹ ਇੱਕ ਤੇ ਲਾਪਾ ਵੀਰਾ ਕੋਈ ਨਹੀਂ ਹੋਣਾ ਰੱਖੋ ਪੈਣਾ ਹੋ ਰੱਖੜੀਆਂ ਤੋਂ ਠੀਕ ਪਹਿਲਾਂ ਇੱਕ ਦਰਦਨਾਕ ਭਾਣਾ ਵਾਪਰ ਗਿਆ। ਪੰਜ ਭੈਣਾਂ ਦੇ ਭਰਾ ਦੀ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ। ਉੱਜੜ ਗਿਆ ਹਸਤਾ ਵਸਤਾ ਪਰਿਵਾਰ। ਭਿਆਨਕ ਸੜਕੀ ਹਾਦਸੇ ਦੇ ਵਿੱਚ ਭੈਣਾਂ ਦੇ ਭਰਾ ਦੀ ਮੌਤ ਹੋਈ ਹੈ। ਦਰਅਸਲ ਇਹ ਨੌਜਵਾਨ ਬਾਈਕ ਤੇ ਸਵਾਰ ਸੀ ਔਰ ਇਸ ਦੀ ਟੱਕਰ BSF ਦੀ ਗੱਡੀ ਦੇ ਨਾਲ ਹੋ ਗਈ। ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਨੌਜਵਾਨ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਦੱਸਦੇ ਕਿ ਬਾਜ਼ਾਰ ਦੇ ਵਿੱਚੋਂ ਸੌਦਾ ਲੈਣ ਗਿਆ ਸੀ ਪਰ ਵਾਪਸ ਨਾ ਪਰਤਿਆ। ਇਸ ਨੌਜਵਾਨ ਦੇ 1 ਸਾਲ ਦੀ ਧੀ ਵੀ ਸੀ। ਇਹ ਨੌਜਵਾਨ 1 ਸਾਲ ਦੀ ਧੀ ਦਾ ਪਿਓ ਵੀ ਸੀ। ਦਰਅਸਲ ਇਸ ਦੇ ਪਿਓ ਦੀ 1.5 ਮਹੀਨਾ ਪਹਿਲਾਂ ਮੌਤ ਹੋ ਚੁੱਕੀ ਹੈ ਤਾਂ ਅੱਜ ਪੰਜ ਭੈਣਾਂ ਦੇ ਭਰਾ ਦੀ ਮੌਤ ਹੋਈ ਰੱਖੜੀਆਂ ਤੋਂ 2 ਦਿਨ ਪਹਿਲਾਂ। ਨਾਨਕ ਸਿੰਘ ਮਜ਼ਦੂਰੀ ਕਰਦਾ ਸੀ ਔਰ ਆਪਣੀਆਂ ਭੈਣਾਂ ਦੇ ਨਾਲ ਦਿਹਾੜੀ ਤੇ ਜਾਂਦਾ ਸੀ। ਉਹਨਾਂ ਦੱਸਿਆ ਕਿ ਰੋਜ਼ ਦੀ ਤਰ੍ਹਾਂ ਦਿਹਾੜੀ ਲਗਾ ਕੇ ਅੱਜ ਨਾਨਕ ਸਿੰਘ ਗੱਗੋ ਮਾਹਲ ਬਾਜ਼ਾਰ ਦੇ ਵਿੱਚ ਸੌਦਾ ਲੈਣ ਵਾਸਤੇ ਆਪਣੇ ਬਾਈਕ ਤੇ ਗਿਆ ਔਰ ਉਸ ਦੀ ਟੱਕਰ BSF ਦੀ ਗੱਡੀ ਦੇ ਨਾਲ ਹੋਈ। ਮੌਕੇ ਤੇ ਹੀ ਨਾਨਕ ਸਿੰਘ ਦੀ ਮੌਤ ਹੋ ਗਈ ਔਰ ਹੁਣ ਉਸ ਦੀ ਲਾਸ਼ ਨੂੰ ਅਜਨਾਲਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਰੱਖਿਆ ਗਿਆ ਹੈ। ਤਾਂ ਰੱਖੜੀਆਂ ਤੋਂ ਠੀਕ ਪਹਿਲਾਂ ਪੰਜ ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ ਮੌਤ ਹੋ ਗਈ। BSF ਦੀ ਗੱਡੀ ਦੇ ਨਾਲ ਬਾਈਕ ਦੀ ਟੱਕਰ ਹੋਈ ਹੈ। ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਨਾਨਕ ਸਿੰਘ ਨੇ ਦਮ ਤੋੜ ਦਿੱਤਾ। ਵੀਰ ਜੀ ਦਿਹਾੜੀ ਗਿਆ ਸੀ ਭੈਣਾਂ ਨੂੰ ਲੈ ਕੇ ਤੇ ਆਣ ਕੇ ਰੋਟੀ ਖਾ ਕੇ ਤੇ ਆਂਦਾ ਬੀਬੀ ਮੈਂ ਸੌਦਾ ਲੈ ਆਵਾਂ, ਖੰਡ ਥੋੜੀ ਥੋੜੀ ਹੱਟੀਓਂ ਲਿਆਈ ਦੀ ਹੈ ਤੇ ਰੋਟੀ ਖਾ ਕੇ ਤੇ ਗੱਗੋ ਮਹਿਲ ਨੂੰ ਸੌਦਾ ਲੈਣ ਆਉਣ ਡਿਆ ਸੀ। ਪੰਜ ਭੈਣ ਭਰਾ ਵਿਆਹੁਣ ਵਾਲੇ ਤੇ ਘਰ ਦੀਦੀ ਕਿੱਥੇ ਧੱਕਾ ਦਾਂਗੀ, 6-7 ਮੇਰਾ ਨਾ ਪੈਲੀ ਨਾ ਬੰਨਾ ਮੈਂ ਟਰਾਲੇ ਦੇ ਵੱਜਾ ਮੈਨੂੰ ਪਤਾ ਨੀ ਜਾ ਹੁਣ ਇਹਨਾਂ ਦਾ ਕਸੂਰ ਜਾ ਕੀ ਪਤਾ ਹੁਣ ਰਾਤ ਦੀ ਵੀਰ ਜੀ ਜਾਣਦਾ ਵੀਰ ਜੀ ਮੇਰੇ ਬੱਚਿਆਂ ਦਾ ਮੇਰਾ ਪੁੱਤ ਮੇਰਾ ਭਾਣਜਾ ਸੀ ਏਦਾਂ ਦਿਹਾੜੀ ਕਰਕੇ ਆਇਆ ਵਾ ਤੇ ਉਹ ਇਹਨਾਂ ਦੀ ਮਾਤਾ ਕਹਿੰਦੀ ਵੀ ਜਾ ਕੇ ਪੁੱਤ ਸੌਦਾ ਲਿਆ ਜਾ ਕੇ। ਉਹ ਸੌਦਾ ਲੈਣ ਗਿਆ ਵਾ ਤੇ ਉਧਰੋਂ ਫੌਜੀਆਂ ਦੀ ਗੱਡੀ ਆ ਰਹੀ ਸੀਗੀ। ਫੌਜੀਆਂ ਦੀ ਗੱਡੀ ਦੇ ਫੌਜੀਆਂ ਦੀ ਗੱਡੀ ਵੱਜੀ ਜਾਂ ਇਹ ਵੱਜੇ ਇੰਨਾ ਨਹੀਂ ਪਤਾ, ਮੌਕਾ ਜੇ ਖਤਮ ਹੋ ਗਿਆ। ਹਾਂਜੀ ਹੁਣ ਡੈਡ ਬਾਡੀ ਇਹਨਾਂ ਦੇ ਉਹਨਾਂ ਕੈਂਡੀ ਚ ਲਾਤੀ ਆ ਤੇ ਨਾਲ ਜਿੰਦਰਾ ਮਾਰਤਾ ਵਾ ਇਹਨਾਂ ਨੇ। ਜੇ ਅਸੀਂ ਮੰਗ ਕਰਨੇ ਆ ਤੇ ਇਹਨਾਂ ਵੇ ਪਰਿਵਾਰ ਦਾ ਕੁਝ ਸੋਚਿਆ ਜਾਵੇ। ਇਹ ਪਰਿਵਾਰ ਬਹੁਤ ਹੀ ਮਹੱਤਵ ਆ, ਬਹੁਤ ਹੀ ਗਰੀਬ ਆ ਇਹ ਪਰਿਵਾਰ। ਇਹ ਪੰਜ ਭੈਣਾਂ ਦਾ ਭਰਾ ਸੀਗਾ, ਇਹ ਪਹਿਲੀ ਮਾਂ ਤੋਂ ਹੀ, ਹਾਂ ਦੋ ਆ ਦੂਸਰੀ ਉਹਦੀ ਮਾਂ ਪਹਿਲੀ ਮਾਂ ਤੋਂ ਸੀਗਾ ਤੇ ਇਹਦੇ ਸਿਰ ਤੇ ਪਿਓ ਨੂੰ ਹਜੇ 1.5 ਮਹੀਨਾ ਹੋਇਆ ਪਿਓ ਨੂੰ ਖਤਮ ਹੋਏ ਨੂੰ।